ਹੁਣ ਤੁਹਾਨੂੰ ਚਲਾਕ ਦੇਣੀ ਪੈਣੀ ਹੈ। ਅੱਖਾਂ ਖੋਲ ਕੇ ਦੇਖਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਫਾਈਨਲੀ ਉਹ ਦਿਨ ਆ ਗਿਆ ਸੀ ਜਦੋਂ ਆਪਾਂ ਬੇਬੀ ਨੂੰ ਲੈ ਕੇ ਘਰੇ ਜਾਣਾ ਸੀ। ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ ਸਾਰੇ। ਪਹਿਲਾਂ ਬੇਬੀ ਨੂੰ ਨਰਸ ਨੇ ਨਵਾਇਆ, ਸਾਨੂੰ ਸਿਖਾਇਆ ਕਿ ਕਿੱਦਾਂ ਆਪਾਂ ਨਵਾਉਣਾ ਹੈ ਬੇਬੀ ਨੂੰ, ਅਤੇ ਕੁਝ ਇੰਸਟਰਕਸ਼ਨਸ ਵੀ ਦਿੱਤੀਆਂ ਬਹੁਤ ਹੀ ਕੇਅਰਫੁਲ ਰਹਿਣ ਲਈ ਕੀਆ। ਉਹ ਤੋਂ ਬਾਅਦ ਦਾਦੀ ਨੇ ਕੀਤਾ ਬੇਬੀ ਨੂੰ ਰੇਡੀ। ਬਹੁਤ ਹੀ ਰੀਝਾਂ ਨਾਲ ਅਰਦਾਸਾਂ ਨਾਲ ਇਹ ਦਿਨ ਆਇਆ ਜਿਹਦੀ ਸਾਰਿਆਂ ਨੂੰ ਵੇਟ ਸੀ, ਅਤੇ ਦਾਦੀ ਨੇ ਬਹੁਤ ਹੀ ਰੀਝਾਂ ਨਾਲ ਉੱਦਾਂ ਹੀ ਬੇਬੀ ਨੂੰ ਰੇਡੀ ਕੀਤਾ। ਅਤੇ ਲਓ ਜੀ ਸਾਡਾ ਗੋਲੂ ਮੋਲੂ ਜਿਹਾ ਬੇਬੀ ਰੇਡੀ ਹੋ ਗਿਆ। ਬਸ ਹੁਣ ਫਟਾਫਟ ਘਰੇ ਲੈ ਕੇ ਜਾਣਾ ਸੀ ਆਪਾਂ। ਸਾਚੀ ਗੱਲ ਸਾਰਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਕਹਿਤਾ ਬੜਾ ਅੱਛਾ ਬੱਚਾ, ਅੱਛਾ ਬੱਚਾ ਆ ਸਾਡਾ, ਇਹ ਤਾਂ ਵਧੀਆ ਆ। ਹਾਂਜੀ ਚੱਲੀਏ ਫਿਰ, ਇਹ ਹੈਗਾ ਜੀ ਹੋਸਪਿਟਲ, ਇੱਥੇ ਹੁਣ ਆਪਾਂ ਮਿਲਦੇ ਹਾਂ ਜਾ ਕੇ ਸਭ ਨੂੰ। ਅੱਜ ਕਹਿੰਦੇ ਮਿਲ ਜਾਣੀ ਹੈ ਛੁੱਟੀ, ਅਤੇ ਵੀ ਚੱਲੀਏ ਲੈ ਕੇ ਘਰ ਆਪਾਂ, ਐਕਸਾਈਟਿਡ ਪੂਰੇ। ਲਓ ਵੀ ਕਹਿੰਦੇ ਫਾਈਨਲੀ ਉਹ ਟਾਈਮ ਆ ਗਿਆ ਜਦੋਂ ਆਪਾਂ ਹੈਗੀ ਆ ਕਾਰ ਸੀਟ ਚੱਕਣੀ ਹੈ ਗੱਡੀ ਨੂੰ। ਕਹਿੰਦੇ ਲੈ ਉਹ ਕਾਰ ਸੀਟ, ਸੇਫਟੀ ਮਸਟ, ਸੇਫਟੀ ਫਸਟ, ਕਾਰ ਸੀਟ ਆਪਣੇ ਕੋਲ ਹੈਗੀ ਆ। ਅਤੇ ਇੱਥੇ ਪਹੁੰਚ ਗਏ ਸੀ ਮਿਸਟਰ ਢਿੱਲੋਂ, ਸੋਰੀ 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 ਮਿਸਟਰ ਪਾਪਾ ਢਿੱਲੋਂ ਓਫੀਸ਼ਲੀ ਆਪਾਂ ਕਹਿ ਸਕਦੇ ਹਾਂ। ਅਤੇ ਹੁਣ ਬੇਬੀ ਨੂੰ ਰੇਡੀ ਕਰਕੇ, ਉਹ ਵੀ ਬੇਬੀ ਨੂੰ ਮਿਲੇ ਰੇਡੀ ਹੋ ਕੇ। They should be at shoulder length, so if they're too high, just we're gonna adjust them lower, okay? Okay. But she's a good size, so this one, it might be perfect, okay? I will be right back with the gauze and the tape for mommy. And then we'll get her. Hello, Anika. Nurse bhi tareef karke gayi si, kehndi, you have nice goggles. ਮੈਂ ਕਿਹਾ ਮੇਰੀ ਨਹੀਂ, ਹਸਬੈਂਡ ਕਹਿੰਦੀ ਅੱਛਾ, ਕਹਿੰਦੀ ਪਹਿਲੀ ਵਾਰ ਦੇਖੀ ਮੈਂ ਆਹ ਸ਼ੇਪ। ਥੈਂਕ ਯੂ, ਹਾਂ ਯਾ, ਬਾਏ।
ਸੋ ਇੱਥੇ ਸਾਨੂੰ ਨਰਸ ਸਿਖਾ ਰਹੀ ਹੈ, ਸਾਰੇ ਇੰਸਟਰਕਸ਼ਨਸ ਦੇ ਰਹੀ ਹੈ ਕਿ ਕਿੱਦਾਂ ਆਪਾਂ ਬੇਬੀ ਨੂੰ ਕਾਰ ਸੀਟ ਦੇ ਵਿੱਚ ਪਾਉਣਾ ਹੈ, ਕਿਉਂਕਿ ਓਬਵੀਅਸਲੀ ਆਪਾਂ ਪਹਿਲੀ ਵਾਰੀ ਮੰਮੀ ਡੈਡੀ ਬਣੇ ਹਾਂ, ਸਾਨੂੰ ਕੁਛ ਨਹੀਂ ਪਤਾ, ਅਤੇ ਇੱਦਾਂ ਹੀ ਕਾਫੀ ਸਾਰੇ ਹੈਗੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ, ਸੋ ਉਹਨਾਂ ਨੇ ਸਾਰੀ ਇੰਸਟਰਕਸ਼ਨਸ ਦਿੱਤੀਆਂ। So what I like to do is strap her in first and then tighten afterwards. So this is what, when you pull on this, it tightens it, and there's a button in here that I press, so you press the silver button to loosen the straps, because you'll have to loosen and tighten them all the time. And this, it pulls on these straps, not these ones. So what I like to do is pull this nice and snug. Okay, and then start to pull these. And then we're gonna pull this down because she's gonna need a nice tug. Now, and see how I can't pinch the straps, but I can fit a finger width underneath. So she's in nice and snug, but she can still breathe. You can pull this down so it's not a finger freeze. And this should always be at armpit nipple levels, right there. Okay. Do you guys have any questions about the car seat? No. There you go. That's your baby. You can have this guy. Hello, girl. Hello. You ready to go home? Do you guys have a? Thank you. ਮੰਮੀ ਕਿੱਦਾਂ ਨੇ ਸਮਝਾਇਆ ਸੀ, ਉਦਾਂ ਹੀ ਕਰਨਾ, ਪਤਾ ਲੱਗ ਗਿਆ ਸੀ ਨਾ ਕੀ ਸਮਝਾ ਗਈ ਆ, ਸਾਰਾ ਸਮਝ ਲਿਆ ਨਾ, ਉਹ ਜਿੱਦਾਂ ਕਿੱਦਾਂ ਨੇ ਦੱਸਿਆ ਉਦਾਂ ਉਦਾਂ ਕਰਨੀ, ਸਭ ਸਮਝ ਲਿਆ ਕੀ ਕੀ ਦੱਸ ਕੇ ਗਈ, ਸਾਨੂੰ ਵੀ ਦੱਸ ਦੀ ਨਾ ਸਮਝ ਲੱਗੀ, ਉਹ ਸਮਝਾਵੇ ਤੇ ਆਜੀ ਸੁੱਤੀ ਆ ਜੀ। ਸੋ ਇੱਥੇ ਸਭ ਦੇ ਚਿਹਰਿਆਂ 'ਤੇ ਖੁਸ਼ੀ ਸੀ, ਅਤੇ ਸਾਰੀ ਹੋਸਪਿਟਲ ਦੀ ਫਾਰਮੈਲਿਟੀਜ਼ ਜਿਹੜੀਆਂ ਉਹ ਕਰਨੀਆਂ ਬਾਕੀ ਸੀ, ਤਾਂ ਇੱਕ ਇੱਕ ਕਰਕੇ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਕਰਕੇ ਆਪਾਂ ਰਵਾਨਾ ਹੋ ਚੱਲੇ ਘਰ ਨੂੰ। ਚਲੋ ਓਕੇ ਭੈਣ ਜੀ, ਮੁਬਾਰਕਾਂ ਤੁਹਾਨੂੰ ਬਾਬਾ, ਥੈਂਕ ਯੂ ਜੀ। ਫਾਈਨਲੀ ਉਹ ਮੂਮੈਂਟ ਆ ਗਿਆ ਸੀ ਜਿਹਦੀ ਕਾਫੀ ਟਾਈਮ ਤੋਂ ਸਾਨੂੰ ਵੇਟ ਸੀ, ਆਹ ਵਾਕ ਦੀ ਸਪੈਸ਼ਲੀ ਮੈਨੂੰ ਵੇਟ ਸੀ, ਕਿਉਂਕਿ ਬਹੁਤ ਸਾਰੀ ਵੀਡੀਓਜ਼ ਦੇਖ ਕੇ ਖੁਸ਼ੀ ਹੁੰਦੀ ਸੀ ਕਿ ਸਾਡਾ ਸਮਾਂ ਕਦੋਂ ਆਊਗਾ। ਥੈਂਕ ਯੂ। ਇਸ ਮੂਮੈਂਟ ਦੇ ਵਿੱਚ ਸੱਚੀ ਇੱਦਾਂ ਲੱਗ ਰਿਹਾ ਸੀ ਕਿ ਪਤਾ ਨਹੀਂ ਦੁਨੀਆ ਦੀ ਕਿਹੜੀ ਸ਼ੈ ਆਪਾਂ ਜਿੱਤ ਕੇ ਘਰ ਲੈ ਕੇ ਚੱਲੇ ਆ। ਤਾਂ ਕੀਤੀ ਪਈ ਉਹਨੇ ਕੀੜੇ ਪੈਣੀ ਆ। ਆਹ ਸੋਹਣਾ ਦੋਨੋਂ। ਕੋਈ ਸੋਤ ਨਹੀਂ ਦੇਣਾ ਹੈਗਾ। ਘਰੇ ਜਾਣ ਤੋਂ ਪਹਿਲਾਂ ਆਪਾਂ ਬੇਬੀ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ, ਮੱਥਾ ਟੇਕਿਆ ਅਤੇ ਧੰਨਵਾਦ ਕੀਤਾ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਹਿਦਾਇਤ ਬਖਸ਼ੀ ਆ। ਦਰਸ਼ਨ ਕਰਨੇ ਤਾਂ ਬਣਦੇ ਹੀ ਆ। ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਸੀ ਕਿ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਮੱਥਾ ਟੇਕਦੇ ਹੋਏ, ਕਿ ਬਹੁਤ ਧੰਨਵਾਦ ਕੀਤਾ ਬਾਬਾ ਜੀ ਦਾ ਕਿ ਸਾਨੂੰ ਇਹ ਦਾਤ ਬਖਸ਼ੀ ਆ। ਬਹੁਤ ਸੋਹਣਾ ਜਿਹਾ ਖਿਡੌਣਾ ਸਾਡੀ ਝੋਲੀ ਪਾਇਆ, ਬਹੁਤ ਜ਼ਿਆਦਾ ਬਲੈਸਡ ਸਾਨੂੰ ਫੀਲ ਹੋ ਰਿਹਾ ਸੀ ਅੱਜ ਦੇ ਟਾਈਮ, ਅਤੇ ਬਾਬਾ ਜੀ ਇੱਦਾਂ ਹੀ ਸਾਰਿਆਂ ਦੀ ਝੋਲੀਆਂ ਖੁਸ਼ੀਆਂ ਨਾਲ ਭਰਨ, ਸਭ ਨੂੰ ਸੋਹਣੇ ਸੋਹਣੇ ਬੱਚਿਆਂ ਦੀ ਦਾਤ ਬਖਸ਼ਣ, ਖੁਸ਼ ਰਹਿਣ ਸਾਰੇ ਜਣੇ, ਇੱਦਾਂ ਹੀ ਲੱਗ ਰਿਹਾ ਸੀ ਉਸ ਟਾਈਮ। ਬੇਬੀ ਕਿਊਟੂ ਜਿਹਾ ਬੇਬੀ ਲੈ ਕੇ ਆਪਾਂ ਘਰ ਦੇ ਕੋਲ ਪਹੁੰਚ ਗਏ ਸੀ, ਤੇ ਦਿਲ ਦੀ ਧੜਕਣ ਤੱਕ ਤੱਕ ਹੋ ਰਹੀ ਸੀ। ਚਲੀਏ ਘਰੇ, ਚਲੋ ਚਲੀਏ, ਚਲੋ ਚਲੀਏ। ਹਾਂ
ਉਹ ਤੋਂ ਬਾਅਦ ਲਾਡੋ ਰਾਣੀ ਦੇ ਆਲੇ ਦੁਆਲੇ ਸਾਰੇ ਜਿਹੜੇ ਘੇਰਾ ਪਾ ਕੇ ਖੜ ਗਏ ਸੀ, ਦੇਖ ਰਹੇ ਸੀ ਬਹੁਤ ਸੋਹਣਾ ਜਿਹਾ ਕੀਟੂ ਬੇਬੀ ਪਹਿਲੀ ਵਾਰੀ ਸਾਡੇ ਘਰ ਆਇਆ ਤੇ ਆਪਾਂ ਬੇਬੀ ਨੂੰ ਕਰਨਾ ਸੀ ਹੁਣ ਰੈਡੀ। ਚੱਲ ਗਈ ਚਾਬੀ, ਕੰਗ੍ਰੈਚੁਲੇਸ਼ਨ ਜੀ। ਥੈਂਕ ਯੂ। ਲਓ ਜੀ ਨਾਲ ਹੀ ਉਹਨੇ ਚਲਾਤੀ ਕਿ ਨਹੀਂ ਤੁਹਾਡੀ? ਮੈਂ ਉਹੀ ਹੱਸਣ ਡਿਆ ਹਾਂ ਅੰਕਲ, ਮੈਂ ਕਿਹਾ ਸਾਡੀ ਕੁੜੀ ਕਿਸਮਤ ਵਾਲੀ ਏ, ਨਾਲ ਚਲਾਤੀ ਰਹਿਣਾ। ਕਹਿੰਦੇ ਹੁਣ ਤੁਸੀਂ ਦੋ ਕੁੜੀਆਂ ਦੇ ਪਿਓ ਹੋ ਗਏ ਹੋ ਤੇ ਹੁਣ ਤੁਹਾਨੂੰ ਚਲਾ ਕੇ ਦੇਣੀ ਪੈਣੀ ਹੈ। ਅੱਖਾਂ ਖੋਲ ਕੇ ਦੇਖਦਾ ਓਏ 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 ਓਏ, ਚੋਰੀ 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 ਅੱਖਾਂ ਇਹ ਗੋਲੇ ਮੈਂ ਨਿਆ ਹੈ ਦਿਨੇ ਆ ਦਿਨ ਲੋਕ ਕੋ ਜਾਣ ਪਛਾਣੇਗੇ। ਇਹ ਗੋਲੇ ਵੀ ਸਾਰੇ ਦਾ ਲੋ ਉਹ ਤਾਂ ਕਹਿੰਦੇ ਸੀ ਕਿ ਆਣਾ। ਬੇਬੀ ਗੈਟਿੰਗ ਰੈਡੀ, ਫੋਟੋ ਸ਼ੂਟ ਕਰਨਾ ਬੇਟਾ, ਫੋਟੋ ਸ਼ੂਟ ਅਜ ਤਾਂ ਕਰ ਜਾ ਵੀ ਤਾਂ ਕਰ ਚੰਗੀ ਤਾਂ ਤਾਂ ਕਰੋ ਨਾ, ਅਸ ਮੜ ਗਿਆ ਉਹਦਾ ਚੰਨਾ ਇਹਦੇ ਗੋਡਿਆਂ ਤੋਂ ਤਾਂ ਕਰੋ ਪਜਾਮੀ ਗੋਡਿਆਂ ਤੋਂ ਕਰੋ ਤਾਂ ਹਾਏ 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 ਤਾਂ ਉਹ ਕਰ ਦੋ ਚੇਰ ਚੇਰ ਲਾ ਦੋ ਜੀ ਕਿੰਨੀ ਪੂਰੀ ਕਰਨੀ ਹੈ ਪੂਰੀ ਕਰਨੀ ਰੇਡੀ ਹੋ ਗਈ ਅੱਖਾਂ ਗੋਲੀਆਂ ਸੀ ਆਪਾਂ ਦੋਨੇ ਉਹੀ ਪੋਜ਼ ਮਾਰਦੀ ਆਈ ਉੱਥੇ ਸੀ ਅਲਟਰਾਸਾਊਂਡ ਚ ਆਹੀ ਉਹ ਵੀ ਕਹਿੰਦੀ ਸੀ ਕਹਿੰਦੀ ਦੇਖ ਲਾ ਬੇਬੀ ਪੋਜ਼ਿੰਗ ਹੁਣ ਹੁਣ ਤੇ ਪੂਰੀਆਂ ਫਿਲਮਾਂ ਹੁਣ ਪਤਾ ਵੀਡੀਓ ਆ ਕੈਮਰਾ ਉਹਨੇ ਉਦੋਂ ਹੀ ਕਹਿੰਦਾ ਸੀ ਕੈਮਰਾ ਲਵਰ ਹੈ ਹਾਂ ਕਹਿੰਦੀ ਸੀ ਬੇਬੀ ਇਸ ਪੋਜ਼ਿੰਗ ਫॉर ਕੈਮਰਾ ਅਰੇ ਅਰੇ ਉਹ ਸੇਮ ਉਹੀ ਆ ਸੇਮ ਨਹੀਂ ਤਾਂ ਬੱਚੇ ਇਦਾਂ ਮੁੱਠਾਂ ਵੀ ਖੋਲਦੇ ਨੇ ਫਟਾਫਟ ਖੋਲ ਖੋਲ ਸਾਰ ਓਏ ਓਏ ਹੱਸਦੀ ਆ ਗੱਲਾਂ ਕਰਦੀ ਰੱਖਦੀ ਹੈ ਨਾ ਚੀ ਅੱਜ ਦੇ ਹੁਣ ਕਿਕ ਟਾਈਮ ਵੈਲਕਮ ਬੇਬੀ ਚਲੋ ਆ ਜਾਓ ਬੇਬੀ ਹਾਂਜੀ ਕਾਚੂ ਲੈ ਕੇ ਆਓ, ਕਾਚੂ ਹੀ ਆਉਂਦਾ ਨੀ ਕਾਚੂ ਹੀ ਤੇ ਕਾਚੂ ਕਰਨਾ ਇਹ ਅੰਮ੍ਰਿਤਸਰ ਦਾ ਵਰਡ ਹੈ।
ਕਹਿੰਦਾ ਫੜਨਾ ਉਹਨੂੰ ਕਾਚੂ ਕਰਨਾ ਹੋਇਆ ਸੀ ਕਾਚੂ ਕੀਤਾ ਭਾਜੀ ਉਹ ਕਾਚੂ ਕਰ ਲਿਆ ਜੇ ਭਾਜੀ ਕੱਚ ਨੀ ਆਉਣ ਡਿਆ ਗਰੋਹ ਬੜਾ ਔਖਾ ਕਰਦਾ ਈ ਪਤਾ ਈ ਆ ਜਾਓ ਮੇਰਾ ਖਾਣਾ ਬਣਦਾ ਮਾਂ ਪਿਓ ਦਾ ਪਹਿਲਾਂ ਦਾਦਾ ਦਾਦੀ ਨੂੰ ਵੀ ਕਹੋ ਕਰਦੀ ਨੀ ਉਹ ਬਾਹਾਂ ਨੀ ਟੱਕ ਕਰਦੀ ਹੈਗੀ ਕਰਦੀ ਨੀ ਕੀ ਕਰਦੀ ਜੀ ਮੇਰੀ ਗੁਗਲੀ ਮੁਗਲੀ ਕੀ ਕਰਦੀ ਜੀ ਕਿੱਦਾਂ ਕਰਦੀ ਜੀ ਮੇਰੀ ਗੁਗਲੀ ਮੁਗਲੀ ਸੋਹਣਾ ਹੋਣਾ ਸੋਹਣਾ ਹੈ ਦਾਦੀ ਜੀ ਸੋਹਣਾ ਹੈ ਮੇਰੀ ਮੁੱਤੀ ਨੇ ਮੇਰੇ ਪੁੱਤ ਨੂੰ ਵੱਡਾ ਹੁੰਦਾ ਜਾਗਦੀ ਆ ਉਦਾਂ ਅੱਖ ਖੋਲਦੀ ਆ ਜਾਗਦੀ ਅੱਖ ਖੋਲਦੀ ਉੱਥੇ ਤਾਂ ਬੰਦ ਸੀ ਅੱਖਾਂ ਲਾਈਟ ਜ਼ਿਆਦਾ ਸੀ ਚਲੋ ਜੀ ਓਕੇ ਛੋਈ 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 ਕੜੇ ਬਹੁਤ ਖੁੱਲ੍ਹੇ ਹੁੰਦੇ ਦੋ ਇੱਕ ਨਿੱਕਾ ਛੋਟਾ ਹੈ ਵੀ ਬਹੁਤ ਸੋਹਣਾ ਹੈ ਰੱਖ ਲੈ ਬੰਦਾ ਨਾ ਇੱਧਰ ਨੂੰ ਤੋਰ ਨਾ ਇੱਧਰ ਨੂੰ